ਵਡਤੀਰਥ ਹਰੀਪੁਰਾ ਸਾਹਿਬ ਕਾਰ ਸੇਵਾ ਵੱਲੋਂ ਬਾਬਾ ਸੁੱਚਾ ਸਿੰਘ ਜੀ ਢਿੱਲੋਂ ਉਹਨਾਂ ਦੀ ਰਹਿਨਮਾਈ ਹੇਠ ਇਲਾਕੇ ਦੀਆਂ ਸਾਰੀਆਂ ਸੰਗਤਾਂ ਵੱਲੋਂ ਕਿੰਨੂਆਂ ਦਾ ਲੰਗਰ ਇਕੱਠਾ ਕਰਕੇ ਅਤੇ ਦਿੱਲੀ ਕਿਸਾਨ ਮਜ਼ਦੂਰ ਜੋ ਸੰਘਰਸ਼ ਚੱਲ ਰਿਹਾ ਹੈ ਉਸ ਵਿੱਚ ਲੈ ਕੇ ਜਾ ਰਹੇ ਹਨ ਅਤੇ ਅੱਗੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਇਸ ਮੋਰਚੇ ਨੂੰ ਸਫਲਤਾ ਬਖਸ਼ਣ। 6 ਟਰੱਕ ਨੇ ਜੋ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਮਸ਼ੀਨ ਲਿਆ ਕੇ ਪਹਿਲਾਂ ਸਾਰੇ ਸਫਾਈ ਕੀਤੀ ਇੱਥੇ ਹੀ ਪੈਕਿੰਗ ਕਰਕੇ ਡੱਬਿਆਂ ਦੇ ਵਿੱਚ ਅਤੇ ਇੱਥੋਂ ਹੁਣ ਟਰੱਕਾਂ ਨੂੰ ਰਵਾਨਾ ਕੀਤਾ ਜਾਏਗਾ ਸੰਗਤ ਦੇ ਨਾਲ। ਸੋ ਪਹਿਲਾਂ ਮੱਠੀਆਂ 6 ਗੱਡੀਆਂ ਮੱਠੀਆਂ ਵੀ ਲੈ ਕੇ ਗਏ ਸੀ ਉਹ ਵੰਡ ਗਿਆ ਜੀ ਬਾਬਾ ਜੀ ਹਨੀ ਅਤੇ ਹੁਣ ਇਹ ਵੀ ਇਲਾਕੇ ਦੀਆਂ ਜਿਹੜੀ ਸੰਗਤਾਂ ਨੇ ਬਾਬਾ ਜੀ ਹਰਾਂ ਦਾ ਬਾਬਾ ਢਿੱਲੋਂ ਜੀ ਹਰਾਂ ਦਾ ਬਹੁਤ ਪ੍ਰੇਮ ਪਿਆਰ ਏ ਅਤੇ ਦੁੱਧ ਵਾਸਤੇ ਪਹਿਲਾਂ ਲੈ ਕੇ ਜਾਣਾ ਸੀ ਫਿਰ ਉੱਥੋਂ ਇਹ ਆਇਆ ਕਿ ਦੁੱਧ ਉੱਥੇ ਵਾਧੂ ਹੋ ਗਿਆ ਤੁਸੀਂ ਹੋਰ ਕੋਈ ਲੰਗਰ ਜਿਵੇਂ ਵੀ ਲੈ ਕੇ ਆਓ ਕਿੰਨੂਆਂ ਦਾ ਲੰਗਰ ਤਾਂ ਹੀ ਇਕੱਤਰ ਕੀਤਾ ਹੈ ਤਾਂ ਦੀ ਸੇਵਾ ਉਹਦੇ ਵਿੱਚ ਡੀਜ਼ਲ ਪਾਣੀ ਅਤੇ ਦੂਸਰਾ ਜਿਹੜਾ ਇਹ ਕਿੱਥੋਂ ਕਿੱਥੋਂ ਉਹ ਸਾਰਾ ਕਾਰ ਸੇਵਾ ਵਾਲੇ ਬਾਬਾ ਜੀ ਹਨੀ ਬਾਬਾ ਸੱਚਾ ਸਿੰਘ ਜੀ ਢਿੱਲੋਂ ਉਹਨਾਂ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਜਿੱਥੇ ਵੀ ਸੇਵਾਵਾਂ ਚੱਲਦੀਆਂ ਜਿਵੇਂ ਕਿਸਾਨ ਧਰਨਾ ਜਦੋਂ ਵੀ ਲਾਉਂਦੇ ਹਨ ਲੰਗਰ ਇੱਥੋਂ ਲੈ ਕੇ ਜਾਂਦੇ ਹਨ ਇੱਥੋਂ ਪਕਾ ਕੇ ਜਿੱਥੋਂ ਵੀ ਫੋਨ ਆਉਂਦਾ ਉੱਥੇ ਲੰਗਰ ਪਹੁੰਚਾਇਆ ਜਾਂਦਾ ਹੈ। ਕਿਸਾਨ ਮੋਰਚਾ ਲੱਗਿਆ ਦਿੱਲੀ ਦੇ ਵਿੱਚ ਔਰ ਮੈਂ ਇੱਥੋਂ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਮੇਰੀ ਇਹ ਡਿਊਟੀ ਬਣਦੀ ਸੀ ਮੈਂ ਇੱਥੇ ਫਰਜ਼ ਨਿਭਾਵਾਂ ਔਰ ਦੂਜੇ ਪਾਸੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਪ੍ਰਧਾਨ ਮੰਤਰੀ ਨੂੰ ਅਪੀਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਇਸ ਕੌਮ ਨੇ ਪੰਜਾਬੀਆਂ ਨੇ ਦੇਸ਼ ਦੀ ਬਹੁਤ ਸੇਵਾ ਕੀਤੀ ਹੈ ਸੇਵਾ ਦਾ ਮੁੱਲ ਤੁਸੀਂ ਸਾਨੂੰ ਸੜਕਾਂ 'ਤੇ ਧੱਕੇ ਖਵਾ ਕੇ ਨਾ ਕਰੋ ਇਹਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਉਹ ਤੁਹਾਨੂੰ ਸਤਿਕਾਰ ਸਹਿਤ ਬੇਨਤੀ ਹੈ ਅਤੇ ਭਾਈਚਾਰਾ ਪਾਲਦੇ ਹੋਏ ਤੁਸੀਂ ਸਹਿਯੋਗ ਕਰੋ ਅਤੇ ਇਸੇ ਤਰ੍ਹਾਂ ਜਿਵੇਂ ਜਿਵੇਂ ਲੋੜ ਪਊਗੀ ਸੰਗਤ ਜਿੰਨੀ ਵੀ ਸਮਰੱਥਾ ਹੋਈ ਉਹਦੇ ਮੁਤਾਬਕ ਵੱਧ ਤੋਂ ਵੱਧ ਸੇਵਾ ਕਰੂਗੀ ਇਸ ਮੋਰਚੇ ਵਿੱਚ। ਤਨ ਮਨ ਧਨ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਸਮੂਹ ਇਲਾਕਾ ਅਬੋਹਰ ਸੰਗਤਾਂ ਵੱਲੋਂ 6 ਟਰੱਕ ਤਿੰਨੋਂ ਦੇ ਦਿੱਲੀ ਕਿਸਾਨ ਸੰਘਰਸ਼ ਧਰਨੇ ਵਾਸਤੇ ਲਿਜਾ ਰਹੇ ਹਨ। ਸਭ ਨੂੰ ਮਤਲਬ ਬੇਨਤੀ ਹੈ ਕਿ ਸਹਿਯੋਗ ਦੇਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਬਾਬਾ ਸੁੱਚਾ ਸਿੰਘ ਜੀ ਢਿੱਲੋਂ ਕਾਰ ਸੇਵਾ ਜਥਾ ਹਰੀਪੁਰਾ ਵਾਲਿਆਂ ਦੇ ਵਿਸ਼ੇਸ਼ ਯਤਨਾਂ ਦੇ ਨਾਲ ਇੱਥੇ ਸਾਰੇ ਇਲਾਕੇ ਦੇ ਕਿੰਨੂ ਕਿਸਾਨ ਕਿੰਨੂ ਬਾਗਵਾਨਾਂ ਨੇ 6 ਟਰੱਕ ਕਿੰਨੂ ਦੇ ਇਕੱਤਰ ਕੀਤੇ ਹੈ ਜਿਹੜੇ ਕਿ ਅੱਜ ਅਸੀਂ ਦਿੱਲੀ ਲੈ ਕੇ ਜਾ ਰਹੇ ਹਾਂ ਉੱਥੇ ਕਿੰਨੂ ਲੰਗਰ ਲਾ ਰਹੇ ਹਾਂ। ਦੂਜੀ ਗੱਲ ਇਹ ਹੈ ਕਿ ਮੋਦੀ ਸਰਕਾਰ ਨੂੰ ਹੁਣ ਜਾਗ ਜਾਣਾ ਚਾਹੀਦਾ ਹੈ। ਉੱਥੇ ਬਹੁਤ ਵੱਡਾ ਜਿਹੜਾ ਸਾਡਾ ਸੰਘਰਸ਼ ਚੱਲ ਰਿਹਾ ਹੈ ਜਿਹੜੀਆਂ ਸਾਡੀ ਹੱਕੀ ਮੰਗਾਂ ਹੈ ਉਹਨੂੰ ਇਹ ਜਿਹੜੇ ਬਿੱਲ ਹੈਗੇ ਖੇਤੀ ਬਿੱਲ ਤੁਰੰਤ ਰੱਦ ਕਰ ਦੇਣੇ ਚਾਹੀਦੇ ਹੈ ਨਹੀਂ ਤਾਂ ਜਿਹੜਾ ਸੰਘਰਸ਼ ਹੋਰ ਲੰਬਾ ਚੱਲਣ ਵਾਲਾ ਹੈ ਅਸੀਂ ਘਰੇ ਜਾਣ ਵਾਲੇ ਹੈ ਨਹੀਂ ਇਹ ਚੱਲਦਾ ਹੀ ਰਹਿਣਾ। ਜੋ ਲੰਗਰ ਕਿਹਨੂੰ ਜਾ ਰਿਹਾ 6 ਟਰੱਕ ਜਿਸ ਸਾਡੀ ਸਮੂਹ ਸੰਗਤ ਦਾ ਸਹਿਯੋਗ ਹੈ ਬਾਬਾ ਜੀ ਢਿੱਲੋਂ ਸਾਹਿਬ ਹਰੀਪੁਰਾ ਸਾਹਿਬ ਤੋਂ ਸੇਵਾ ਕਰ ਰਹੇ ਹਨ ਮੈਂ ਉਹਦੇ ਨਾਲ ਜਾ ਕੇ ਮੇਰੀ ਇੱਛਾ ਹੈ ਕਿ ਉੱਥੇ ਜਾ ਕੇ ਵੰਡ ਕੇ ਆਈਏ। ਉੱਥੇ ਬਹੁਤ ਹੀ 2-3 ਵਾਰੀ ਪੁੱਛਿਆ ਗਿਆ ਕਿ ਦੁੱਧ ਬਹੁਤ ਹੈ ਸਬਜ਼ੀਆਂ ਬਹੁਤ ਹੈ ਕਿਹਨੂੰ ਭੇਜੋ। ਉਸ ਡਿਮਾਂਡ 'ਤੇ 6 ਟਰੱਕ ਤਿਆਰ ਕੀਤੇ ਹਨ ਕਿਹਨੂੰ ਹੋਰ ਹੀ ਫਾਲਤੂ ਆ ਗਏ ਹਨ ਕਿਹਨੂੰ ਬਹੁਤ ਪਏ ਹੈ। ਬਾਬਾ ਜੀ ਦੇ ਕਹਿਣ ਮੁਤਾਬਕ ਇੱਕ ਗੇੜਾ ਫਿਰ ਲਾਵਾਂਗੇ ਲਗਭਗ ਇਹਨੇ ਟਰੱਕ ਫਿਰ ਦੁਆਰਾ ਭੇਜਾਂਗੇ। ਵਾਹਿਗੁਰੂ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ।